ਇਹ ਸਿਰਫ ਜਿੱਦਾਂ ਇਹਦਾ ਕੇਸ ਚੱਲਦਾ ਹੈ ਨਹੀਂ ਤਾਂ ਇਹਨੂੰ ਸਰਕਾਰ ਤਾਂ ਚਾਹੁੰਦੀ ਆ ਡਿਵੈਲਪ ਕਰਨਾ ਬਹੁਤ। ਚਲੋ ਆ ਜਾਓ ਭਾਜੀ ਆਪਾਂ ਚੱਲੇ ਹੁਣ ਜੀ ਮਨਸਾ ਦੇਵੀ ਮੰਦਿਰ ਜੋ ਅੱਗੇ ਕਹਿ ਰਹੇ ਆ ਉੱਥੇ ਜਿੱਥੋਂ ਖੁਦਾਈ ਚੋਂ ਕਾਫੀ ਸਾਰਾ ਸਮਾਨ ਨਿਕਲਿਆ ਜੋ ਇੱਥੇ ਇੱਥੇ ਵੀ ਰੱਖਿਆ ਜੋ ਹੁਸ਼ਿਆਰਪੁਰ ਵੀ ਲੱਗਾ ਹੈ ਉੱਥੋਂ ਅਤੇ ਉਹ ਖੁਦਾਈ ਜਿੱਥੇ ਹੋਈ ਆ ਦੇਖਦੇ ਹਾਂ। ਢੋਲਵਾਹਾ ਦਾ ਇਹ ਵਾਰ ਹੀਰੋਜ਼ ਮੈਮੋਰੀਅਲ ਇਸ ਵਿਲੇਜ ਦੇ 73 ਸੋਲਜਰਸ ਜੋ ਕਿ ਵਰਲਡ ਵਾਰ 1 ਲੜਨ ਲਈ ਗਏ ਸਨ ਅਤੇ ਜਿਨ੍ਹਾਂ ਵਿੱਚੋਂ 8 ਸੋਲਜਰਸ ਸ਼ਹੀਦ ਹੋ ਗਏ ਸਨ ਉਹਨਾਂ ਦੀ ਯਾਦ ਵਿੱਚ ਬਣਾਇਆ ਗਿਆ ਹੈ। ਇਸ ਵਿਲੇਜ ਦੇ ਸੋਲਜਰਸ ਨੇ ਸਿਰਫ ਵਰਲਡ ਵਾਰ 1 ਹੀ ਨਹੀਂ ਸਗੋਂ 1880 ਵਿੱਚ ਭਾਰਤ ਅਫਗਾਨ ਯੁੱਧ, ਵਰਲਡ ਵਾਰ 2, ਭਾਰਤ ਪਾਕ ਯੁੱਧ ਜੋ ਕਿ 1962, 1965 ਅਤੇ 1971 ਅਤੇ ਉਸ ਤੋਂ ਇਲਾਵਾ 1999 ਵਿੱਚ ਕਾਰਗਿਲ ਦੀ ਲੜਾਈ ਵੀ ਲੜੀ ਸੀ। ਮਨਸਾ ਦੇਵੀ ਮੰਦਿਰ ਕਿੱਧਰ ਭਾਜੀ? ਅੱਛਾ ਉਹ ਜਿਹੜਾ ਗੇਟ ਲੱਗਾ ਜੀ। ਕਰਕੇ ਆ ਬਈ ਹੈ ਨਹੀਂ ਕੁਛ ਤਾਂ ਕੁਛ ਨਹੀਂ ਨਹੀਂ ਕੁਛ ਤਾਂ ਦੇਖ ਕੇ ਆਏ ਹੋਣੇ। ਕੀ ਦੇਖਿਆ ਇੱਥੇ? ਕੀ ਕਰਨ ਆਏ ਸੀ ਤੁਸੀਂ ਤੇ ਕੀ ਦੇਖਿਆ? ਦੇਖਣ ਕੁਛ ਨਹੀਂ, ਅਸੀਂ ਤਾਂ ਕਈ ਵਾਰੀ ਆਏ ਆ। ਨਹੀਂ ਫੇ ਵੀ ਇਹਦੇ ਬਾਰੇ ਕੀ ਪਤਾ? ਜਗ੍ਹਾ ਬਾਰੇ ਕੁਛ ਪਤਾ? ਕੁਛ ਨਹੀਂ, ਬਸ ਇਦਾਂ ਡੈਮ ਆ ਬਸ। ਕੋਈ ਇਤਿਹਾਸ ਪਤਾ? ਨਾ ਕੋਈ ਇਤਿਹਾਸ ਨਹੀਂ ਪਤਾ। ਪਤਾ ਕਰਿਓ ਹੈ ਠੀਕ। ਤੁਹਾਨੂੰ ਪਤਾ ਇਹਦੇ ਵਿੱਚ ਇੱਕ ਮੰਦਿਰ ਆ? ਪਤਾ ਵਿੱਚ ਆ ਮੰਦਿਰ ਵਿੱਚ ਡੁੱਬਿਆ ਆ। ਮਤਲਬ ਘੁੰਮਣ ਆਇਆ ਕਰੋ ਦੇਖ, ਸਿੱਖਿਆ ਵੀ ਕਰੋ ਕੁਛ ਵੀ ਕਿਉਂ ਬਣਿਆ ਇਹਦਾ ਕੰਮ ਕੀ ਆ ਡੈਮ ਦਾ ਇੱਥੇ ਬਣੇ ਦਾ ਦੱਸ ਦਿਓ। ਚਲੋ ਇਸ ਡੈਮ ਦਾ ਕੰਮ ਕਿਉਂ ਬਣਾਇਆ? ਤੁਸੀਂ ਕਿਹੜੀ ਕਲਾਸ ਪੜ੍ਹਦੇ ਆ? ਹੈਂ ਤੁਹਾਨੂੰ ਬਿਜਲੀ ਬਣਦੀ ਲੱਗਦੀ ਇੱਥੋਂ? ਅੱਛਾ ਪੁੱਛਿਆ ਪੁੱਛਿਆ ਦੇਖਿਆ ਬਣਦੀ? ਚਲੋ ਠੀਕ ਆ, ਚਲੋ ਠੀਕ ਆ ਫਿਰ। ਫੋਟੋਆਂ ਬਸ ਬਿਜਲੀ ਬਣਦੀ ਜੀ ਦੇਖ ਲੋ, ਮਸ਼ੀਨਾਂ ਲੱਗੀਆਂ ਉਹਨਾਂ ਨੂੰ ਕੀ ਪਤਾ ਜੇ ਮਸ਼ੀਨਾਂ ਜਿੱਥੇ ਲੱਗੀਆਂ ਤਾਂ ਮਤਲਬ ਬਿਜਲੀ ਬਣਦੀ ਆ। ਮੈਂ ਤੁਹਾਨੂੰ ਉਹੀ ਗੱਲ ਕਹੀ ਨਾ ਭਾਜੀ, ਸਾਡੇ ਵੀ ਦਿਮਾਗ 'ਚ ਜਿਹੀ ਪਰਸੈਪਸ਼ਨ ਹੁੰਦੀ ਨਾ ਬਚਪਨ 'ਚ ਕਿ ਡੈਮ ਦਾ ਮਤਲਬ ਬਿਜਲੀ ਬਣਨਾ। ਲੋ ਤਾਂ ਭਾਜੀ ਚਲੋ, ਇਹਨਾਂ ਨੇ ਪਿੰਡਾਂ ਨੂੰ ਰੁੜਨ ਤੋਂ ਬਚਾਇਆ ਗਾ। ਰਾਈਟ, ਇਹ ਬੰਨ ਬਣ ਗਿਆ ਵੀ ਜਦੋਂ ਪਾਣੀ ਮੀਂਹ ਪੈਂਦੇ ਆ ਇੱਥੇ ਪਾਣੀ ਸਟੋਰ ਹੋ ਜਾਊਗਾ। ਬਿਲਕੁਲ ਬਿਲਕੁਲ ਭਾਜੀ, ਇਹ ਪਾਣੀ ਤੁਸੀਂ ਕਦੇ ਖੱਡਾਂ ਵਗਦੀਆਂ ਮੇਰੇ ਇੱਕ ਵੀਡੀਓ ਦੇਖੀਆਂ ਸੀ? ਹਾਂਜੀ ਹਾਂਜੀ, ਉਹ ਕਿਤੇ ਖੱਡਾਂ ਪਾਣੀ ਆਏ ਤੇ ਵਗਦੀਆਂ, ਉਹ ਤਾਂ ਰੋੜ ਦਿੰਦੀਆਂ ਕਈ ਕੁਛ ਹੀ ਨਾਲ, ਇੰਨੀ ਤੇਜ਼ ਪਾਣੀ ਵਗਦਾ। ਆਹ ਦੇਖੋ, ਇਸ ਡੈਮ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮੰਦਿਰ ਬਣਾਇਆ ਸੀਗਾ ਜੀ ਜੀ, ਤੇ ਜਿਹੜਾ ਕਿ ਕਦੀ ਕਿਤੇ ਦਿਸਦਾ ਆ ਗਰਮੀਆਂ ਦੇ ਮੌਸਮ ਦੇ ਵਿੱਚ ਜਦੋਂ ਮੀਂਹ ਘੱਟ ਪੈਂਦੇ ਆ ਤੇ ਥੋੜ੍ਹੀ ਇਹ ਡੈਮ ਸੁੱਕ ਜਾਂਦਾ ਤੇ ਥੱਲਿਓ ਮੰਦਿਰ ਕਾਫੀ ਵੱਡਾ 100 ਫੁੱਟ ਡੂੰਘਾ ਆ ਇਹੋ ਆਪਣਾ ਡੈਮ 100 ਫੁੱਟ ਕਹਿਣ ਦੀ ਗੱਲ ਹੁੰਦੀ ਆ, ਬਹੁਤ ਡੂੰਘਾ ਆ। ਤੇ ਚਲੋ ਇਹ ਇਰੀਗੇਸ਼ਨ ਪਰਪਸ ਲਈ ਯੂਜ਼ ਹੁੰਦਾ ਆ, ਫਲੱਡ ਕੰਟਰੋਲ ਅਤੇ ਇਰੀਗੇਸ਼ਨ ਪਰਪਸ ਲਈ।
ਤੇ ਕਾਫੀ ਡੈਮ ਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕੁਛ ਕੁ ਮੈਂ ਭਾਜੀ ਦਿਖਾਏ ਆ ਪਹਿਲਾਂ ਜਿੱਦਾਂ ਥਾਣਾ ਡੈਮ ਹੋ ਗਿਆ ਉਸ ਤੋਂ ਬਾਅਦ ਆਪਣਾ ਜਨੋੜੀ ਦਾ ਇਹੋ ਡੈਮ ਤੇ ਅੱਗੇ ਹੋਰ ਬਹੁਤ ਡੈਮ ਆ ਚੋਹਾਲ ਮੈਗਰੋਵਾਲ ਤੇ ਦੇਖਾਂਗੇ ਉਹ ਵੀ ਡੈਮ ਜਦੋਂ ਟਾਈਮ ਲੱਗਾ ਚਲੋ ਆ ਜਾਓ ਭਾਜੀ ਲੋਕ ਆਉਂਦੇ ਇੱਥੇ ਫੋਟੋਆਂ ਵਗੈਰਾ ਖਿਚਾਉਣ ਇਸ ਡੈਮ ਨੂੰ ਦੇਖਣ ਤੇ ਕੁਛ ਕੁ ਲੋਕ ਆ ਕੇ ਇੱਥੇ ਗੰਦ ਵੀ ਪਾਉਂਦੇ ਆ ਜਿੱਦਾਂ ਦੇਖੋ ਥੱਲੇ ਪੋਲੀਥੀਨ ਪਏ ਆ ਥੱਲੇ ਆ ਦੇਖੋ ਤੇ ਇਹ ਤਾਂ ਆਪਾਂ ਜੀ ਸਖ਼ਤ ਨਿੰਦਾ ਕਰਦੇ ਇਸ ਚੀਜ਼ ਦੀ ਜਿਹੜੇ ਇੱਥੇ ਆ ਕੇ ਸਾਰੇ ਪੋਲੀਥੀਨ ਵਗੈਰਾ ਸਿੱਟ ਦਿੰਦੇ ਆ ਗਲਾਸ ਸਿੱਟ ਦਿੰਦੇ ਜੋ ਵੀ ਖਾਣਾ ਪੀਣਾ ਖਾਂਦੇ ਇੱਥੇ ਸਿੱਟ ਸੁੱਟ ਕੇ ਚੱਲ ਜਾਂਦੇ ਆ ਚਲੋ ਸਾਡਾ ਇੱਕ ਫਰਜ਼ ਆ ਐਜ਼ ਆ ਸਿਟੀਜ਼ਨ ਹੋਣ ਦਾ ਵੀ ਇਸ ਚੀਜ਼ ਨੂੰ ਦੱਸੀਏ ਸਾਰਿਆਂ ਨੂੰ ਇਹ ਡਡਵਾਲ ਕਸ਼ਯਪ ਗੋਤਰ ਜਠੇਰੇ ਵੀ ਆ ਇੱਧਰ ਆ ਆ ਸ਼ਿਵ ਮੰਦਰ ਬੜੀਆਂ ਜਗ੍ਹਾ ਗੁਪਤ ਹੈਗੀਆਂ ਇੱਥੇ ਪਤਾ ਨਹੀਂ ਲੱਗਦਾ ਇੱਥੋਂ ਹੀ ਆ ਭਾਜੀ ਤੁਸੀਂ ਅੱਛਾ 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 ਆਹ ਕੀ ਆ ਭਾਜੀ ਇੱਧਰ ਅੱਛਾ ਇਹ ਸ਼ਿਵ ਮੰਦਰ ਤੇ ਇੱਧਰ ਆਹ ਅੱਛਾ ਜੀ ਅੱਛਾ ਅੱਛਾ ਠੀਕ ਆ ਠੀਕ ਆ ਆਹ ਦੇਖੋ ਇੱਧਰ ਚੱਲ ਰਿਹਾ ਕੋਈ ਪ੍ਰੋਗਰਾਮ ਇੱਥੇ ਦਈ ਆ ਤੁਸੀਂ ਇੱਥੇ ਦਈ ਆ ਉੱਪਰ ਆਇਓ ਜਰਾ ਕਿੱਦਾਂ ਮੁੰਡਿਓ ਇੱਥੇ ਦਈ ਆ ਤੁਸੀਂ ਅੱਛਾ ਮੈਂ ਤਾਂ ਪੁੱਛਿਆ ਸੀ ਅੱਛਾ ਇਹ ਜਠੇਰੇ ਆ ਤੁਹਾਡੇ ਹੈਨਾ ਡਡਵਾਲ ਆ ਨਾ ਜਿਹੜਾ ਬਾਹਰ ਲਿਖਿਆ ਉੱਥੇ ਹਾਂਜੀ ਹਾਂਜੀ ਉਹੀ ਆ ਅੱਛਾ ਫਿਰ ਤਾਂ ਤੁਸੀਂ ਏਰੀਏ ਬਾਰੇ ਜਾਣਦੇ ਨਹੀਂ ਹੋਣੇ ਯਾਰ ਮੈਂ ਕਿਹਾ ਏਰੀਏ ਬਾਰੇ ਜਾਣਦੇ ਹੋਵੋਗੇ ਕੁਛ ਮੈਂ ਇਸੇ ਕਰਕੇ ਸੀ ਪੁੱਛਿਆ ਚਲੋ ਕੋਈ ਗੱਲ ਨਹੀਂ ਚੈਨਲ ਹੈਗਾ ਮੇਰਾ ਏ ਮੈਨਸ ਵਲੌਗ ਨਾਮ ਦੱਸ ਦਿਓ ਆਪਣੇ ਸਾਰਿਆਂ ਦੇ ਯਾਰ ਅਖਿਲ ਮਾਨਿਕ ਆਕਾਸ਼ ਜੀ ਠੀਕ ਆ ਭਰਾ ਜੀ ਸ਼ੁਕਰੀਆ ਬਾਏ ਬਾਏ ਟੇਕ ਕੇਅਰ ਤੇ ਮਨਸਾ ਦੇਵੀ ਮੰਦਰ ਕਿੱਧਰ ਹੈ ਜੀ ਅੱਛਾ ਥੱਲੇ ਰਹਿ ਗਿਆ ਉਹ ਆਪਾਂ ਅੱਛਾ ਠੀਕ ਹੈ ਠੀਕ ਹੈ ਹਾਂਜੀ 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 ਬਾਬਾ ਤੁਸੀਂ ਇੱਥੋਂ ਹੀ ਆ ਮਤਲਬ ਸ਼ੁਰੂ ਤੋਂ ਰਹਿੰਦੇ ਇੱਥੇ ਹਾਂਜੀ ਠੀਕ ਹੈ ਜੀ ਠੀਕ ਹੈ ਚਲੋ ਠੀਕ ਹੈ ਜੀ ਸ਼ੁਕਰੀਆ ਜੀ ਇਹ ਤਾਂ ਹੈ ਜੀ ਬਿਲਕੁਲ ਜੀ ਆਪਾਂ ਵੈਸੇ ਸ਼ੌਕੀਆ ਤੌਰ 'ਤੇ ਚੈਨਲ ਆ ਮੇਰਾ ਯੂਟਿਊਬ 'ਤੇ ਟੰਡ ਆਊਟ ਮੋਡ ਲਿਖੋ ਤਾਂ ਨਾ ਵੈਸੇ ਏ ਮੈਨਸ ਵਲੌਗ ਕਰਕੇ ਆ ਐਂਜਲ ਪਾਰਕ ਦੀ ਵੀ ਪਾਈ ਹੋਈ ਇੱਕ ਪਾਈ ਆ ਸ਼ੁਰੂ ਸ਼ੁਰੂ 'ਚ ਪਾਈ ਸੀ ਸਾਲ ਪਹਿਲਾਂ ਹੁਣ ਤਾਂ ਬਹੁਤੇ ਲੋਕਾਂ ਨੇ ਪਾਤੀਆਂ ਹਾਂਜੀ ਹਾਂਜੀ ਹੁਣ ਤਾਂ ਕਾਫੀ ਬਹੁਤ ਪਾਤੀਆਂ ਜੀ ਬਹੁਤ ਹਾਂਜੀ ਜਿੱਦਾਂ ਹੁਣ ਇਸ ਏਰੀਆ ਬਾਰੇ ਬਹੁਤ ਵਧੀਆ ਇਤਿਹਾਸ ਹੈ ਹਾਂਜੀ ਹਾਂਜੀ ਮੈਂ ਮਿਊਜ਼ੀਅਮ 'ਚ ਜਾ ਕੇ ਮੇਰੀ 15-20 ਮਿੰਟ ਗੱਲ ਹੋਈ ਆ ਉਹਨਾਂ ਨੇ ਦਿਖਾਇਆ ਉਹਨਾਂ ਨੇ ਆਲਾ ਦੁਆਲਾ ਜੀ ਉਹਨਾਂ ਨੇ ਇਹ ਵੀ ਦੱਸਿਆ ਹੋਣਾ ਇਹਦੇ ਬਾਰੇ ਤਾਂ ਹੀ ਇੱਥੇ ਆਏ ਜੀ ਉਹ ਜਿੱਦਾਂ ਰਾਜਕੁਮਾਰੀਆਂ ਦਾ ਮੰਦਿਰ ਹੈ ਹਾਂਜੀ ਉਹ ਵੀ ਇੱਥੋਂ ਦੀਆਂ ਜਗ੍ਹਾ ਕਿਹੜਾ ਕਿਹੜਾ ਮੰਦਿਰ ਜੀ ਰਾਜਕੁਮਾਰੀ ਇਹ ਤਾਂ ਕਹਿੰਦੇ ਜਠੇਰੇ ਮੈਨੂੰ ਇੱਥੇ ਦੱਸਿਆ ਕਿਸੇ ਨੇ ਹਾਂਜੀ ਇਹ ਜਠੇਰੇ ਬਰੇ ਰਾਜਕੁਮਾਰੀਆਂ ਦਾ ਭਵਨ ਹੈ ਜੋ ਇੱਥੇ ਦੇ ਰਾਜਾ ਸੀਗੇ ਨਾ ਢੋਲ ਰਾਜਾ ਉਹਨਾਂ ਦੀਆਂ ਬੇਟੀਆਂ ਸੀਗੀਆਂ ਦੋ ਹਾਂਜੀ ਹਾਂਜੀ ਉਹਨਾਂ ਦਾ ਇਹ ਮੰਦਿਰ ਹੈ ਜਿਨ੍ਹਾਂ ਦੇ ਸ਼ਰਾਪ ਕਰਕੇ ਗਰਕਿਆ ਸੀ ਨਾ ਢੋਲਵਾ ਜਿਨ੍ਹਾਂ ਦੇ ਸ਼ਰਾਪ ਕਰਕੇ ਗਰਕਿਆ ਸੀਗਾ ਢੋਲਵਾ ਉਹਨਾਂ ਦਾ ਇਹ ਹੈ ਮੰਦਿਰ ਇਹ ਹੁਣੇ ਸਾਨੂੰ ਗੱਲ ਨਿਕਲੀਆਂ ਸੀ ਉੱਥੇ ਉਹ ਕਿੱਥੋਂ ਇੱਥੋਂ ਨਿਕਲੀਆਂ ਸੀ ਜਿਹੜੀਆਂ ਉੱਥੇ ਰੱਖੀਆਂ ਆ ਜਿਹੜੀਆਂ ਅਜਾਇਬ ਘਰ ਚ ਰੱਖੀਆਂ ਹੋਈਆਂ ਉਹ ਤਾਂ ਬੜੀ ਜਗ੍ਹਾ ਉਹ ਜਿੱਦਾਂ ਸ਼ਾਇਦ ਪਹਿਲਾਂ ਡੈਮ ਲੱਗਿਆ ਨਾ ਹਾਂਜੀ ਡੈਮ ਲੱਗਿਆ ਉਹਦੇ ਵਿੱਚ ਸੀਗੀਆਂ ਜਦੋਂ ਇਹਨਾਂ ਦੀ ਜਗ੍ਹਾ ਵੀ ਉਹਨਾਂ 'ਚ ਆ ਗਈ ਸੀਗੀ ਅੱਛਾ ਜੀ ਇਹ ਚੱਕ ਕੇ ਫਿਰ ਉਹਨਾਂ ਨੇ ਰੱਖਤੀਆਂ ਅਜਾਇਬ ਘਰ 'ਚ ਹਾਂਜੀ ਹਾਂਜੀ ਜਦੋਂ ਫਿਰ ਜਿਹੜਾ ਇੱਥੋਂ ਦਾ ਸੀਗਾ ਮਤਲਬ ਇੰਜੀਨੀਅਰ ਸੀਗਾ ਡੈਮ ਵਾਲੇ ਦਾ ਉਹਨੂੰ ਸੁਪਨਾ ਆਇਆ ਫਿਰ ਉਹਨਾਂ ਨੇ ਚੁਕਾ ਕੇ ਤਾਂ ਫਿਰ ਇੱਥੇ ਰਖਾਈਆਂ ਹੈ
खुदाई हुई थले जगह है हजे। हाँ जी ये है मनसा देवी लग्या हुआ उपर सोलर। हाँ जी हाँ जी ते वो भी अंदर मतलब के मंदिर दी छत नहीं बनती ओदी। ठीक है जी। आज दिन तक छत कोई पा ही नहीं सकिया। अच्छा जी। जदों शुरू च साडे जदों बड़े बुजुर्ग दसदे थे कि जदों पाण दी किसी ने कोशिश की तां कुछ ना कुछ इदां दी घटना हो गई कि दोबारा छत नहीं पई उत्तों। अच्छा 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 जी चलो ये नाल है मंदिर वो भी इत्थे ही है। ठीक है जी। फिर इक तुहानूं उहनां अजायब घर वालिआं दस्सिआ उपर काली माता मंदिर। हाँ जी हाँ जी हाँ जी उत्थे ही। हाँ जी बिल्कुल दिखा के लिआए हो पिछे जिहड़ा हैगा। हाँ जी उहदा कुछ इतिहास भी इदां दा ही है। ठीक है जी। हाँ जी नहीं चलो तुहाडा बहुत बहुत शुक्रिया। तुहाडा शुभ नाम की है जी? मेरा नाम सुमन देवी। सुमन देवी तुसीं इत्थे ढोल वाजदे रहण वाले? ठीक है ठीक है। चलो बहुत वधिया लगा जी इतने कुछ पता लगता। हाँ जी चलो तुहाडे तों इनफॉर्मेशन पता लगी। हाँ जी हाँ जी सादियां निगाह दे विच आवे। बिल्कुल जी बिल्कुल बिल्कुल। ठीक है जी शुक्रिया जी थैंक यू। अच्छा आया जी राजकुमारियों का भवन जो थले भाजी अवतार सिंह उन्हें दस रहे ना ये इतने अंदर मूर्तियां फेंगिया पई मतलब कुल देवी कहते ना इन्हों गांव ढोलवाहा जिला हुशियारपुर। चलो आ जाओ भाजी थले देख के आने मनसा देवी जिथों के कहें भाजी हुणी अवतार सिंह हुणी जो उत्थे दस्या सानू के थले मूर्तियां निकलियां उत्थों इन्हां दिनां जी आने हुणे तुसीं इत्थे? अपने यही लगा ना उत्थे अपने जिहड़ा म्यूजियम है हां वही है ना पंजाब सरकार दे प्राचीन इतिहासिक स्मारक दे अंदर भी देखन नहीं आपां देखण उदा यही आए भी इत्थे कहिंदे ना इत्थे खुदाई हुई है कुछ जिहड़ियां मूर्तियां जां कुछ होर कुछ निकलिया इत्थों उधर रखिया जां हुशियारपुर लै गए आ तां तां काफी टाइम हो गया हुण इत्थे आउंदे नूं जिदां लगदा मैनूं है ना ਤੁਸੀਂ ਗੁਰਦਾਸਪੁਰ ਤੋਂ ਹੀ ਆ ਜੀ ਜਿੱਦਾਂ ਦੱਸਿਆ ਮੁੰਡਿਆਂ ਨੇ ਮੈਨੂੰ ਹੈ ਨਾ ਸਾਰੇ ਜਾਣੇ ਹੈ ਨਾ ਓਕੇ ਠੀਕ ਹੈ ਜੀ ਸ਼ੁਕਰੀਆ ਬਸ ਕੋਈ ਨਹੀਂ ਇੱਕ ਮਿੰਟ ਇੱਥੇ ਤੁਸੀਂ ਸਾਰਾ ਦਿਨ ਰਹਿੰਦੇ ਫਿਰ ਆ ਕੇ? ਹਾਂ ਜਿੰਨਾ ਦੇਰ ਟਾਈਮ 2-3 ਘੰਟੇ। ਅੱਛਾ ਜੀ। ਹੁਣ ਜਗਾਨ ਖਰੀਦਾ ਮਹਾਮਾਈ ਦਾ। ਠੀਕ ਹੈ ਜੀ ਠੀਕ ਹੈ। ਸ਼ਰਾਬ ਭੋਗ ਲਵਾ ਕੇ। ਠੀਕ ਹੈ ਜੀ। ਲੰਗਰ ਸ਼ੰਗਰ ਬਣਾ ਸਕਦੇ। ਅੱਛਾ ਜੀ ਅੱਛਾ। ਠੀਕ ਹੈ ਜੀ ਚਲੋ ਥੈਂਕ ਯੂ। ਇਹ ਪੁਰਾਣਾ ਪੱਥਰ ਦਾ ਹੀ ਬਣਿਆ ਹੈ ਨਾ ਇਹ? ਪੁਰਾਤਨ। ਹਾਂ ਪੁਰਾਤਨ। ਚਲੋ ਇਹ ਵੀ ਆਉਣ ਜਾਣ ਕਰਕੇ ਹੈ ਨਾ? ਆਉਣ ਜਾਣ ਕਰਕੇ ਜਿੱਦਾਂ ਸਾਂਭ ਹੋਇਆ ਆ ਤੇ ਚਲੋ ਹੁਣ ਅਸੀਂ ਢੋਲਵਾਹਾ ਨੂੰ ਹੋਰ ਐਕਸਪਲੋਰ ਕਰਦੇ ਹਾਂ ਤੇ ਨਾਲ ਦੇ ਨਾਲ ਅਸੀਂ ਜਨੌੜੀ ਵੱਲ ਨੂੰ ਵੀ ਜਾਵਾਂਗੇ। ਜਨੌੜੀ ਵੱਲ ਵੀ ਬਹੁਤ ਸਾਰੀਆਂ ਪਲੇਸਿਸ ਹਨ ਜੋ ਅਸੀਂ ਐਕਸਪਲੋਰ ਕਰ ਸਕਦੇ ਹਾਂ। ਇਸ ਕਰਕੇ ਤੁਸੀਂ ਮੇਰੇ ਨਾਲ ਬਣੇ ਰਹੋ ਤੇ ਅਸੀਂ ਬਹੁਤ ਹੀ ਜਲਦ ਮਿਲਦੇ ਹਾਂ ਨੈਕਸਟ ਵਲੌਗ ਵਿੱਚ। ਟਿਲ ਦੈਨ ਗੁੱਡ ਬਾਏ ਐਂਡ ਟੇਕ ਕੇਅਰ।